थाना वलटोहा के अधीन पेंदे कस्बा वलटोहा तो एक अनोखा मामला सामने आया, जिथे एक खेती संदा की वर्कशॉप तो दो व्यक्ति ये कह के रोटावेटर लै गए कि सानू किराए ते फेरन लई चाहिदा। उस तो बाद चार दिन गुजर जाने के बावजूद उन्हां व्यक्तियों का कोई अता पता नहीं लगा। इस बारे जानकारी देंदे हुए वर्कशॉप के मालक जसवीर सिंह ने दसिया कि वह पिंड सकत्रा दा रहण वाला है ते उसकी अड्डा वलटोहा दे विच तकरीबन 25-30 साल तो वर्कशॉप है। उसने दसिया कि घटना क्रम वाले दिन वह कि बाहर गया होया सी। दुकान ते उन्हां दा भतीजा गुरसिमरन सिंह अते नाल काम करदा लड़का गुरजंट सिंह मौजूद सी। उन्हां दे दसन मुताबक दो नौजवान उन्हां दी वर्कशॉप ते 8-11 ट्रैक्टर ते आए ते कहन लगे कि सानू रोटावेटर किराए ते चाहिदा, जिस ते दुकानदार वल्लों रोटावेटर किराए ते दे दिता गया, पर ओह नौसरबाज रोटावेटर लै के फरार हो गए। इस संबंध विच पुलिस नूं सूचित कर दिता गया। ਵੀਰ ਜੀ, ਅਸੀਂ ਸੰਦ ਦਿੰਦੇ ਕਿਰਾਏ 'ਤੇ, ਸਾਰੇ ਸੰਦ ਵਾਹੀ ਜੋਤੀ ਦੇ ਰੱਖੇ ਆ, ਅਤੇ ਇਸ ਤਰ੍ਹਾਂ ਗਲਤ ਪਰੂਫ ਦੇ ਕੇ ਬੰਦਾ ਅਤੇ ਸੰਦ ਲੈ ਗਿਆ ਹੈ। ਸਾਡਾ ਰੋਟਾਵੇਟਰ ਆ, ਮੈਂ ਮੁੰਡਿਆਂ ਨੂੰ ਪੁੱਛਿਆ ਵੀ ਕੌਣ ਆ, ਮੁੰਡਿਆਂ ਨੇ ਦੱਸ ਗਿਆ ਹੈ ਵੀ ਮੇਰਾ ਨਾਮ ਹਰਜੀਤ ਸਿੰਘ ਆ, ਪਿੰਡ ਸਰਜਾ ਮਿਰਜਾ ਛੰਨਾ ਦੱਸ ਗਿਆ ਹੈ, ਜਥੇਦਾਰਾਂ ਲਾਗੇ ਦੱਸ ਗਿਆ ਹੈ ਵੀ ਲਿਜਾਣਾ ਹੈ, ਪਰੂਫ ਦੇ ਗਿਆ ਗਲਤ ਅਤੇ ਰੋਟਾਵੇਟਰ ਭਜਾ ਕੇ ਲੈ ਗਿਆ ਹੈ। ਸਾਡਾ ਜੀ 2000 ਦੇ ਸਾਲ ਦੀ ਗੱਲ, ਉਦੋਂ ਵੀ ਸਾਡਾ ਰੀਪਰ ਚੋਰੀ ਹੋ ਗਿਆ ਸੀ, ਅਤੇ ਹੋ ਸਕਦਾ ਬੰਦਾ ਉਹੀ ਹੋਵੇ, ਲਾਗੇ ਬੰਨਿਓ ਵੀ ਬੰਦਾ ਹੋਵੇ, ਬੰਦਾ ਤਾਂ ਕੋਈ ਇੱਧਰ ਦਾ ਹੀ ਆ, ਨਾਲ ਇੱਕ ਬੰਦਾ ਉੱਧਰ ਤੋਂ ਭਜਾ ਕੇ ਟਰੈਕਟਰ ਲਿਆਉਣ ਡਿਆ ਕਿਰਤੋਵਾਲ ਥਾਣੀ, ਉੱਥੋਂ ਵੀ ਕਹਿ ਜਾ ਜਦੋਂ ਆਉਣ ਡਿਆ ਏ, ਅਤੇ ਪਤਾ ਨਹੀਂ ਟਰੈਕਟਰ ਪਾਰਦਾ ਏ, ਇੱਧਰ ਆਪਣੇ ਇਲਾਕੇ ਦਾ ਕੋਈ ਟਰੈਕਟਰ ਨਹੀਂ ਲੱਗਦਾ। ਟਰੈਕਟਰ ਦੇ ਕੋਈ ਨੰਬਰ ਹੈ? ਨੰਬਰ ਨਹੀਂ ਹੈਗਾ ਟਰੈਕਟਰ 'ਤੇ। ਮਸਲਾ ਇਸ ਤਰ੍ਹਾਂ ਹੋਇਆ ਵੀ ਸਾਨੂੰ ਜਦੋਂ ਪਤਾ ਲੱਗਾ ਵੀ ਇਹ ਵੀਰਾਂ ਦਾ ਵੀ ਰੋਟਾਵੇਟਰ ਇਸ ਤਰ੍ਹਾਂ ਮੇਰਾ ਪਾ ਗਿਆ ਵਾ, ਅਤੇ ਜਦੋਂ ਇਹ ਗੱਲ 10 ਵਜੇ ਦੀ ਗੱਲ ਹੈਗੀ ਆ, ਅਤੇ ਜਦੋਂ ਇਹਨੇ ਆ ਕੇ ਨੰਬਰ ਚੈੱਕ ਕੀਤਾ ਅਤੇ ਨੰਬਰ ਵੀ ਗਲਤ ਸੀ, ਪਰੂਫ ਵੀ ਆਪਦਾ ਗਲਤ ਦੇ ਗਿਆ ਅਤੇ ਬਾਕੀ ਵੀ ਆ, ਅਤੇ ਜਦੋਂ 4 ਵਜੇ ਫਿਰ ਰੌਲਾ ਪਿਆ ਵਾ, ਅਤੇ ਉਦੋਂ ਮਗਰੋਂ ਅਸੀਂ ਮਤਲਬ ਕਿ ਫੁਟੇਜ ਦੁਕਾਨਾਂ ਜਿਹੜੇ ਕੈਮਰੇ ਲੱਗੇ ਆ ਉਹ ਚੈੱਕ ਕੀਤੇ ਆ, ਅਤੇ ਉਹਨਾਂ ਦੇ ਵਿੱਚ ਟਰੈਕਟਰ ਜਾਂਦਾ ਦਿਸਿਆ ਵਾ, ਅਤੇ ਉਦੋਂ ਮਗਰੋਂ ਜਦੋਂ ਪਿੱਛਾ ਕੀਤਾ ਅਤੇ ਫਿਰ ਮਤਲਬ ਕਿ ਜਿਉਂ ਜਿਉਂ ਟਰੈਕਟਰ ਤੁਰਿਆ ਗਿਆ ਵਾ, ਲੋਕ ਸਾਨੂੰ ਦੱਸੀ ਗਏ ਆ, ਉਸੇ ਹਿਸਾਬ ਨਾਲ ਸਭਰਾਵਾਂ ਤੱਕ ਮਤਲਬ ਕਿ ਪਹੁੰਚ ਕੀਤੀ ਆ, ਅਤੇ ਉਸ ਹਿਸਾਬ ਨਾਲ ਉਦੋਂ ਗਾਹ ਮੁੜ ਕੇ ਅੱਗੋਂ ਨਹੀਂ ਪਤਾ ਲੱਗ ਰਿਹਾ ਵੀ ਕਿੱਥੇ ਆ, ਰਾਹ ਪਾੜਦੇ ਆ ਕਈ ਦਾਵਾਂ ਨੂੰ ਜਾਂਦੇ ਆ, ਅਤੇ ਬਾਕੀ ਹੁਣ ਵੇਖੋ ਦਰਖਾਸਤ ਵੀ ਦਿੱਤੀ ਆ ਅਤੇ ਪੁਲਿਸ ਨੇ ਵੀ ਕੋਈ ਏਡਾ ਵੱਡਾ ਰਿਸਪੌਂਸ ਨਹੀਂ ਦਿੱਤਾ, ਉਹ ਆਉਂਦੇ ਵੀ ਤੁਸੀਂ ਵੀ ਭਾਲ ਕਰੋ ਅਤੇ ਅਸੀਂ ਵੀ ਭਾਲ ਕਰਦੇ ਹਾਂ। ਪੰਜਾਬੀ ਸਟੇਸ਼ਨ ਦੇ ਲਈ ਜਗਜੀਤ ਸਿੰਘ ਟਾਲ ਦੀ ਰਿਪੋਰਟ। आपके उन खास लम्हों को दी एक खूबसूरत शुरुआत बाबूराम एंड सन्स ज्वेलर्स के साथ। बाबूराम एंड सन्स ज्वेलर्स, बंगा रोड, अपरा।